ਅਸਸਲਾਮੁਅਲੈਕਮ ਯਾਰ ਜੁਮੇ ਦੀ ਸਵੇਰ ਵੀ ਕਮਾਲ ਸੀ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਯਾਰ ਬੜੀਆਂ ਧੁੰਦਾਂ ਪੈਣ ਨਹੀਂ ਐ ਤੇ ਜੁਮੇ ਦੀ ਸਵੇਰ ਮੈਂ ਵੇਖ ਕੇ ਦਿਲ ਖੁਸ਼ ਹੋ ਗਿਆ ਮੈਂ ਤੇ ਭਾਈ ਘੁਮਣ ਲੱਗ ਪਿਆ ਖੁਸ਼ੀ ਦੇ ਨਾਲ ਕਿਉਂਕਿ ਇੱਕ ਕ੍ਰਿਕਟ ਖੇਲਣ ਜਾਣੀ ਤੇ ਧੁੱਪ ਲੱਗ ਗਈ ਸੀ ਬਾਵਾ ਜਲਦੀ ਜਲਦੀ ਮੈਂ ਆਵਣੇ ਚ ਪਾਣੀ ਗਰਮ ਕਰਨਾ ਤੇ ਪੀਣਾ ਹੈ ਹਾਏ ਤੂੰ ਵੀ ਨਿਕਲਦੇ ਹੁੰਦੇ ਨੇ ਸੋ ਸਵੇਰ ਸਵੇਰ ਪਾਣੀ ਲਾਜ਼ਮੀ ਪੀਵੇ ਕਰੋ ਅੰਨਾ ਵੀ ਗਰਮ ਨਾ ਆਏ ਕਿ ਮੂੰਹ ਸੜ ਜਾਏ ਬਾਕੀ ਬਾਜੀ ਮੈਂ ਬੂਟ ਸ਼ੂਟ ਪਾਣਾ ਤੇ ਆਪਣੇ ਬੱਚਿਆਂ ਨੂੰ ਮਿਲਣਾ ਮਾਸ਼ਾਅੱਲਾ ਕਿਊਟ ਕਿਊਟ ਮੇਰੇ ਬੱਚੇ ਨੇ ਅੱਲਾ ਸਾਰਿਆਂ ਨੂੰ ਦਵੇ ਦੇ ਭਾਈ ਮੁਹੰਮਦ ਉਮਰਵੀ ਵੇਂਦੇ ਅੱਜਾ ਨੂੰ ਮਿਲਿਆ ਤੇ ਮੈਂ ਉਹ ਵੀ ਮੈਨੂੰ ਮਿਲਣ ਲੱਗ ਪੈਂਦਾ ਅੰਨੀ ਜਿਹੜੇ ਫਿਰ ਬਾਏ ਬਾਏ ਕਰਕੇ ਜੀ ਮੈਂ ਥੱਲੇ ਜਾਣਾ ਅਬੂਦਰ ਰੂਮ ਹੈ ਜੱਬੂ ਆੜੀ ਹਮੇਸ਼ਾ ਹੀ ਤਰ੍ਹਾਂ ਸਵੇਰ ਬਲੱਡ ਪ੍ਰੈਸ਼ਰ ਆਪਣਾ ਚੈੱਕ ਕਰਦੇ ਹੁੰਦੇ ਨੇ ਤੇ ਅਸੀਂ 10 ਵਜੇ ਕ੍ਰਿਕਟ ਤੇ ਪਹੁੰਚਣਾ ਹੁੰਦਾ ਸਾ ਵੀ ਆ ਜਾਂਦੇ ਨੇ ਤੇ ਅਸੀਂ ਜਿਹੜੇ ਨਾ ਤਿੰਨੋਂ ਬਾਈਕ ਤੇ ਬੈ ਕੇ ਨਿਕਲ ਜਾਂਦੇ ਆ ਯਾਰ ਹਸਬੇ ਮਮੂਲ ਆਡੇ ਢੋਕਰ ਰੋਡ ਤੇ ਇਹ ਬੜੀ ਪ੍ਰੋਬਲਮ ਹੈ ਯਾਰ ਜਗਾ ਜਗਾ ਤੇ ਪਾਣੀ ਹੈ ਮੈਨੂੰ ਪਤਾ ਪੂਰੇ ਪਾਕਿਸਤਾਨ ਇਹ ਜੀ ਤਕਰੀਬਨ ਇਹ ਜਗਾ ਐਂਜੀ ਹਾਲ ਹੈ ਹਰ ਜਗਾ ਤੇ ਲਾਜ਼ਮੀ ਕਮੈਂਟ ਸੇ ਦੱਸੋ ਜੀ ਤੇ ਜਿੱਥੇ ਆਈਂਦਾ ਹਾਲ ਹੈ ਵੇ ਤੇ ਬਾਕੀ ਨਾਸਟਾ ਵਾਲੀ ਜਗਾ ਤੇ ਅਸੀਂ ਪਹੁੰਚ ਜਾਂਦੇ ਆ ਭਾਈ ਆਏ ਹੈ ਫਰੈਸ਼ ਫਰੈਸ਼ ਨਾਸਟਾ ਹੁੰਦਾ ਤਿੰਨ ਪਲੇਟਾਂ ਤੁਸੀਂ ਵੰਦੇ ਹੋ ਪਰ ਨਾਲ ਲੰਡੇ ਪੈ ਰਹੇ ਨੇ ਉਹਨੂੰ ਮੈਂ ਕਹ ਤੜੀ ਨਹੀਂ ਪਾਣੀ ਤੁਹਾਨੂੰ ਪਤਾ ਹੋਣਾ ਜਿਹੜੇ ਮੇਰੇ ਵਲੌਗ ਦੇਖਦੇ ਨੇ ਕਿ ਤੜੀ ਨਹੀਂ ਅਸੀਂ ਪਸੰਦ ਕਰਦੇ ਆ ਬਾਕੀ ਕਿਦਾ ਕਿਦਾ ਦਿਲ ਕੀਤਾ ਖਾਨ ਦੇ ਕਮੈਂਟ ਸੇ ਦੱਸਣਾ ਤੇ ਬਾਕੀ ਮੈਂ ਪਹਿਲਾ ਚਮਾਈ ਲਾਨਾ ਮੈਂ ਕਹਿੰਨਾ ਯਾਰ ਚਸ ਆ ਗਈ ਬਾਕੀ ਇਹ ਤਿੰਨੇ ਜੇ ਜਲਦੀ ਮਕਾਨਿਆਂ ਕਿਉਂਗੇ 10 ਵਜੇ ਅਸੀਂ ਪਹੁੰਚਣਾ ਹੁੰਦਾ ਤੇ ਬਾਕੀ ਅਸੀਂ ਨਿਕਲ ਜਾਨੇ ਤੇ ਇਹ ਜਿਹੜੀਆਂ ਮੱਝਾਂ ਨੇ ਨਾ ਕੰਮ ਖਰਾਬ ਕਰ ਦਿੰਦੀਆਂ ਨੀਆਂ ਮਚਲਮਚੇ ਟੁੱਟਦੀਆਂ ਅੱਲਾ ਅੱਲਾ ਕੱਢ ਕੇ ਅਸੀਂ ਨਿਕਲਨੇ ਤੇ ਬੜੀ ਸਪੀਡ ਅਸੀਂ ਮਾਰਦੇ ਹੁੰਨੇ ਆ ਤੇ ਬਾਕੀ ਅਸੀਂ ਆਪਣੇ ਜੰਗਲ ਆ ਹੀ ਜਾਨੇ ਆ ਹਰੀਪੁਰ ਅੱਥੇ ਆਈ ਬਾਬਾ ਜੀ ਕ੍ਰਿਕਟ ਖੇលਨੇ ਆ ਤੇ ਨਿਊਜ਼ੀਲੈਂਡ ਵਾਲਾ ਸਾਹਿਬ ਤੇ ਇਹ ਸਾਡੀ ਗਰਾਊਂਡ ਹੈ ਜਿਹੜੀ ਆ ਲੱਗੀ ਹੈ ਇੰਨੀ VIP ਗਰਾਊਂਡ ਹੈ ਨਾ ਤੇ ਅਸੀਂ ਆਪਣੇ ਨੂੰ ਬੜੀ ਜਲਦੀ ਆਨੇ ਆ ਤੇ ਲੇਕਿਨ ਅੱਧੇ ਤੋਂ ਜ਼ਿਆਦਾ ਬੰਦੇ ਅਜੇ ਪਹੁੰਚੇ ਹੀ ਨਹੀਂ ਹੁੰਦੇ ਯਾਰ ਸਹੀ ਗੱਲ ਹੈ ਜਿਹੜਾ ਜਿਹੜਾ ਬੰਦਾ ਕ੍ਰਿਕਟ ਖੇਡਦਾ ਉਹ ਲਾਜ਼ਮੀ ਕਮੈਂਟਸ ਇਹ ਦੱਸੋਗੇ ਤੁਹਾਡੇ ਨਾਲ ਵੀ ਇੰਜ ਹੁੰਦਾ ਹੈ ਕਿ ਨਹੀਂ ਹਮੇਸ਼ਾ ਦੀ ਤਰ੍ਹਾਂ ਇੰਜ ਸਾਰੇ ਲੇਟ ਨੇ ਇਹਦੇ ਵਿੱਚ ਵੀ ਮੈਂ ਹੀ ਕਹਿੰਦਾ ਕਿ ਸਾਰੇ ਬੰਦੇ ਲੇਟ ਨੇ ਬਾਕੀ ਸਾਡਾ ਟੂਰਨਾਮੈਂਟ ਦਾ ਮੈਚ ਸ਼ੁਰੂ ਹੋ ਜਾਂਦਾ ਦੋ ਬਾਲਾਂ ਤੇ ਦੋ ਛੱਕੇ ਚਾਹੀਦੇ ਹੁੰਦੇ ਨੇ ਤੇ ਇਹ ਮੈਂ ਭਾਅ ਜੀ ਛੱਕਾ ਮਾਰ ਦੇ ਨਾ ਬੜਾ ਸੋਹਣਾ ਹੁਣ ਐਂਡ ਵਾਲੀ ਬਾਲ ਤੇ ਇੱਕ ਛੱਕਾ ਚਾਹੀਦਾ ਹੁੰਦਾ ਟੂਰਨਾਮੈਂਟ ਵਿਨ ਕਰਨ ਵਾਸਤੇ ਤੇ ਭਾਈ ਬੜੀ ਸੋਹਣੀ ਮੈਂ ਸ਼ਾਟ ਲਾਣਾ ਲੇਕਿਨ ਦਰਹਦ ਦੇ ਨਾਲ ਅੜ ਜਾਂਦਾ ਤੇ ਅਸੀਂ ਮੈਚ ਹਾਰ ਜਾਂਦੇ ਆ ਬਾਕੀ ਫਿਰ ਆ ਜਾਂਦੀ ਏ ਬ੍ਰੇਕ ਤੇ ਸਪੈਸ਼ਲ ਬਕੜੇ ਮੈਂ ਆਪਣੇ ਛੋਟੇ ਬੇਟੇ ਦੀ ਵਜ੍ਹਾ ਤੋਂ ਲਿਆਂਦੇ ਨੇ ਉਹ ਬਕੜੇ ਬੜੇ ਪਸੰਦ ਨੇ ਤੇ ਵੱਡੀ ਦਸਤਿਆ ਤਿਆੜੋਂ ਹੁੰਦੇ ਨੇ ਅੰਨੀ ਦੇੜੇ ਚ ਭਾਜੀ ਆ ਜਾਂਦੀ ਏ ਜੰਗਲ ਵਿੱਚ ਨਾਨ ਟਿੱਕੀ ਓਏ ਹੋਏ ਕਿੰਨੂ ਕਿੰਨੂ ਪਸੰਦ ਹੈ ਭਾਈ ਨਾਨ ਟਿੱਕੀ ਤੇ ਇਹ ਖੁੱਲਣ ਡਿਆ ਜੀ ਬਾਜੀ ਡਰਤਾ ਜੰਗਲੇ ਚ ਖਾਨ ਦਾ ਮਜ਼ਾ ਹੀ ਆਪਣਾ ਹੁੰਦਾ ਠੀਕ ਹੈ ਇਹ ਵੀਡੀਓ ਦੇ ਦੌਰਾਨ ਨਾ ਕੋਈ ਭਾਈ ਗਲਤੀ ਹੋ ਜਾਂਦੀ ਉਹ ਵੀ ਹਸਣ ਲੱਗ ਪੈਂਦੇ ਨੇ ਬਾਕੀ ਨਾਨ ਟਿੱਕੀ ਦਾ ਬਾਵਾ ਜੀ ਬੜਾ ਹੀ ਮਜ਼ਾ ਜਿਹੜਾ ਨਾ ਸਾਨੂੰ ਆਂਦਾ ਤੇ ਐਂ ਜੀ ਅਸੀਂ ਸਾਰੇ ਬਾਜੀ ਬ੍ਰੇਕ ਟਾਈਮ ਹੁੰਦਾ ਖਾਣੇ ਪੀਣੇ ਹੁੰਨੇ ਆ ਮਜ਼ੇ ਦੇ ਨਾਲ ਤੇ ਫਿਰ ਅਸੀਂ ਵਾਪਸੀ ਜਿਹੜਾ ਨਾ ਆਪਣੇ ਘਰ ਨੂੰ ਜਿਹੜਾ ਨਾ ਨਿਕਲ ਜਾਣਾ ਯਾਰ ਇੱਕ ਗਲਤੀ ਹੋ ਜਾਂਦੀ ਏ ਜੁਮੇ ਦੀ ਨਮਾਜ਼ ਹੱਡ ਕੋਲ ਨਿਕਲ ਜਾਂਦੀ ਏ ਕੰਮ ਬੜਾ ਖਰਾਬ ਹੁੰਦਾ ਮਸਜਿਦ ਜਾਣੇ ਆ ਤੇ ਲੇਟ ਹੋ ਜਗੇ ਹੁੰਨੇ ਆ ਬਾਕੀ ਜੇ ਅਸੀਂ ਚੱਲਦੇ ਹੁੰਨੇ ਆ ਤੇ ਹਨੂ ਫ੍ਰੈਸ਼ ਜੂਸ ਨਜ਼ਰ ਆਂਦਾ ਪਿਆ ਸਾਨੂੰ ਅੱਗੇ ਹੀ ਲੱਗੀ ਹੁੰਦੀ ਏ ਸਵੇਰ ਸਵੇਰ ਖੇਲ ਖੇਲ ਕੇ ਔਰ ਪੈਪਸੀ ਸਪਰਾਈਟ ਪੀਣ ਦੀ ਬਜਾਏ ਨਾ ਇੰਜ ਨੇਚਰਲ ਚੀਜ਼ਾਂ ਖਾਇਆ ਪੀਆ ਕਰੋ ਸਿਹਤ ਬਣਦੀ ਏ ਬਾਕੀ ਇਹ ਵੇਖੋ ਸਹੀ ਫ੍ਰੈਸ਼ ਜੂਸ ਨਿਕਲਦਾ ਹੀ ਪਿਆ ਭਾਈ ਬੜਾ ਹੀ ਮਜ਼ਾ ਆ ਇਹ ਚੈੱਕ ਕਰੋ ਠੀਕ ਹੈ ਤੇ ਅੰਨੀ ਜਲਦੀ ਪੀਤੇ ਗਏ ਨੇ ਪਤਾ ਹੀ ਨਹੀਂ ਲੱਗਦਾ ਐ ਵੇਖੋ ਯਾਰ ਫਰੈਸ਼ ਜੂਸ ਵੇਖ ਕੇ ਨਜ਼ਾਰਾ ਲਵੋ ਮੈਂ ਤੇ ਭਾਈ ਜਦੋਂ ক্রিকেট ਖੇល ਕੇ ਆਣਾ ਨਾ ਲਾਜ਼ਮੀ ਪੀਣਾ ਤੇ ਭਾਜੀ ਇਦਨਾਨ ਸਾਹਿਬ ਹੁੰਦੇ ਨੇ ਉੱਪਰ ਕਨੇ ਮਾਲਟੇ ਦਾ ਪੀ ਲਿਆ ਹੁੰਦਾ ਸੀ ਮਸੰਮੀ ਦਾ ਪੀਨੇ ਆ ਤੇ ਇਹਨੂੰ ਭਾਈ ਫੜਾਨਾ ਤੇ ਮੈਂ ਅਜੇ ਫੜਦਾ ਹੀ ਆ ਤੇ ਇੱਕ ਸੈਕਿੰਡ ਜਿ ਜਪੀ ਲੇ ਨਾ ਯਾਰ ਅੰਨਾ ਮੈਨੂੰ ਜਿਹੜਾ ਨਾ ਪਿਆਸ ਲੱਗੀ ਹੁੰਦੀ ਹੈ ਬਾਵਾ ਜੀ ਫਿਰ ਅਸੀਂ ਆਪਣੇ ਘਰ ਆ ਜਾਨੇ ਆ ਠੀਕ ਹੈ ਤੇ ਧੁੱਪ ਬੂੜੀ ਸੇਕਦੇ ਹੁੰਦੇ ਨੇ ਤੁਹਾਨੂੰ ਨਜ਼ਾਰਾ ਵਖਾਣੇ ਆ ਤੇ ਜਿਨੇ ਜਿਨੇ ਹਜੇ ਤੱਕ ਫਾਲੋ ਨਹੀਂ ਕੀਤਾ ਉਹ ਲਾਜ਼ਮੀ ਫਾਲੋ ਕਰ ਲੋ ਤੇ ਐ ਮੇਰੀ ਪਿਆਰੀ ਬੇਟੀ ਜੀ ਸੋ ਕੇ ਉੱਠੀ ਹੁੰਦੀ ਹੈ ਕਿਊਟ ਜੀ ਤੇ ਫਿਰ ਅਸੀਂ ਅੰਦਰ ਜਾਨੇ ਆ ਤੇ ਮੁਹੰਮਦ 우ਮਰ ਜਿਹੜਾ ਹਸਬੰਦ ਉਹ ਲਾੜਾ ਪਬਜੀ ਪਲੇਅਰ ਆ ਯੂਟਿਊਬ ਚਲਾਉਂਦਾ ਹੁੰਦਾ ਹੱਸਬੇ ਮੋਲ ਤੇ ਇਹਨੂੰ ਬੜਾ ਸ਼ੌਕ ਜਦੋਂ ਮੈਂ ਆਣਾ ਨਾ ਯਾਰ ਘਰ ਤੇ ਮੇਰੇ ਸ਼ੂਜ਼ ਲਾਨ ਲੱਗ ਪੈਂਦਾ ਮਾਸ਼ਾਅੱਲਾ ਅੱਲਾ ਉਹਨੂੰ ਸਿਹਤ ਤੰਦਰੁਸਤੀ ਦੇ ਤੇ ਇੰਜ ਭਾਈ ਮੇਰੇ ਸ਼ੂਜ਼ ਲੰਦਾ ਤੇ ਯਕੀਨ ਮੰਨੋ ਕਿ ਬੜਾ ਹੀ ਅੱਛਾ ਲੱਗਦਾ ਤੇ ਜਦੋਂ ਮੈਂ ਘਰ ਆ ਜਾਂਦਾ ਨਾ ਮੇਰੇ ਬੱਚੇ ਮੇਰੀ ਜਾਨ ਨਹੀਂ ਛੱਡਦੇ ਖਾਸ ਤੌਰ ਤੇ ਆਇਜ਼ਾ ਇਹ ਮੇਰੇ ਕੋਲ ਰੰਦੀ ਹੈ ਕਿ ਤੁਹਾਨੂੰ ਫਨੀ ਗੱਲ ਦੱਸਾਂ ਮੂਹ ਦੇ ਲਿਪਸਟਿਕ ਆਪਣੇ ਨੂੰ ਲਾਂਢੀ ਸੀ ਤੇ ਮੈਨੂੰ ਪੈਨਸਲ ਫਾੜਨਾ ਪਿਆ ਤੇ ਮੇਰੀਆਂ ਪਾੜੀਆਂ ਕਰਨ ਲੱਗ ਪਈ ਯਾਰ ਬੜਾ ਹੀ ਹਸਿਆ ਤੇ ਬਾਕੀ ਸਾਰਾ ਦਿਨ ਦੀਦੂ ਮੈਂ ਘਰ ਆਈਆਂ ਮੇਰੀ ਜਾਨ ਨਹੀਂ ਛੱਡਦੀ ਹੈ ਤੇ ਬਾਕੀ ਅੱਲਾ ਸਾਰਿਆਂ ਨੂੰ ਜਿਹੜਾ ਨਾ ਸਲਾਮਤ ਰੱਖੇ ਤੇ ਲਾਈਕ ਫਾਲੋ لازਮੀ ਕਰ ਦਿਓ ਅੱਲਾ ਹਾਫਿਜ਼